ਸਤਿ ਸ਼੍ਰੀ ਅਕਾਲ ਡੀ ਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਕੰਗਣਾ ਰਣੌਤ ਮੈਂਬਰ ਪਾਰਲੀਮੈਂਟ ਭਾਜਪਾ ਦੀ ਆਗੂ ਅਤੇ ਐਕਟਰੈਸ ਕੰਗਣਾ ਰਣੌਤ ਨੇ ਇੱਕ ਵਾਰ ਫਿਰ ਕਿਸਾਨਾਂ ਬਾਰੇ ਟਿੱਪਣੀ ਕੀਤੀ ਹੈ, ਜਿਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਕੰਗਣਾ ਰਣੌਤ ਨੂੰ ਨਿਸ਼ਾਨੇ 'ਤੇ ਲਿਆ ਹੈ। ਸਰ ਸਾਹਿਬ, ਕੰਗਣਾ ਰਣੌਤ ਹੁਣ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੀ ਹੈ, ਪਰ ਜਿਹੜੇ ਉਹਦੇ ਬੋਲ ਨੇ, ਜਿਹੜੇ ਸ਼ਬਦ ਨੇ, ਉਹ ਇੱਕ ਵਾਰ ਫਿਰ ਉਹੋ ਜਿਹੇ ਹੀ ਉਹ ਦੁਹਰਾ ਰਹੀ ਹੈ ਜਿਹੋ ਜਿਹੇ ਪਹਿਲਾਂ ਹੁੰਦੇ ਸੀਗੇ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਪਹਿਲਾਂ ਵੀ ਟਿੱਪਣੀਆਂ ਸੀ ਅਤੇ ਹੁਣ ਵੀ ਇੱਕ ਵਾਰ ਉਹਨੇ ਫਿਰ ਕਿਹਾ ਹੈ ਕਿ ਕਿਸਾਨ ਸੀਗੇ ਜਿਹੜੇ ਉੱਥੇ ਧਰਨੇ 'ਤੇ ਬੈਠੇ ਸੀ, ਜੇਕਰ ਸਰਕਾਰ ਨਾ ਆਪਣੇ ਖੇਤੀ ਕਾਨੂੰਨ ਨੂੰ ਵਾਪਸ ਲੈਂਦੀ ਤਾਂ ਜੋ ਹਾਲਾਤ ਬੰਗਲਾਦੇਸ਼ ਦੇ ਵਿੱਚ ਨੇ ਹੋ ਸਕਦੇ ਸੀਗੇ। ਲੰਮੀ ਪਲੈਨਿੰਗ ਚੱਲ ਰਹੀ ਸੀ ਅਤੇ ਇਸ ਤੋਂ ਇਲਾਵਾ ਉਹਨੇ ਸਰ ਸਾਹਿਬ ਹੋਰ ਵੀ ਕਈ ਇਲਜ਼ਾਮ ਲਗਾਏ ਨੇ ਕਿ ਜਿਹੜੇ ਕਿਸਾਨ ਨੇ ਉਹ ਕਾਨੂੰਨ ਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ, ਉੱਥੇ ਲੋਕਾਂ ਨੂੰ ਜਿਹੜਾ ਕਿ ਕਤਲ ਕੀਤੇ ਗਏ, ਉੱਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਔਰਤਾਂ ਦੇ ਨਾਲ ਵਾਪਰ ਗਈਆਂ, ਕਾਫੀ ਕੁਝ ਬੋਲਦੀ ਹੋਈ ਨਜ਼ਰ ਆ ਰਹੀ ਹੈ, ਤੁਹਾਡਾ ਕੀ ਕਹਿਣਾ ਹੈ? ਦੇਖੋ, ਇਹ ਕੰਗਣਾ ਦੇ ਵੱਸ ਦੀ ਗੱਲ ਨਹੀਂ ਜੀ। ਕੰਗਣਾ ਬਹੁਤ ਬੋਲੀ ਹੈ ਜੀ, ਇਸੇ ਗੱਲ ਤੋਂ ਉਹਨੇ ਥੱਪੜ ਜੀ, ਲੇਕਿਨ ਉਹਦੀ ਅਕਲ ਔਰ ਇਹ ਕੰਗਣਾ ਜਿਹੜੀ ਆ, ਜਿਹੜੀ ਇਹ ਕਿਸਾਨਾਂ ਦੇ ਜੁੰਮੇ ਇਹ ਗੱਲ ਆ ਰਹੀ ਆ ਕਿ ਕਿਸਾਨਾਂ ਨੇ ਲੜਕੀਆਂ ਦੇ ਨਾਲ ਦੁਰਵਿਹਾਰ ਕੀਤਾ, ਜਾਂ ਇਹ ਗੱਲ ਕਹਿ ਰਹੀ ਆ ਕਿ ਉੱਥੇ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਜੇ ਕਾਨੂੰਨ ਰੱਦ ਨਾ ਦੇ। ਜੇ ਕਾਨੂੰਨ ਗਲਤ ਸੰਤ ਹੈ ਤਾਂ ਹੀ ਰੱਦ ਕੀਤੇ ਨੇ ਨਾ, ਇਹ ਗਲਤ ਕਾਨੂੰਨ ਬਣਾਏ ਕਿਉਂ ਜੀ? ਤੇ ਫਿਰ ਜਿਹੜੇ ਸੀ ਇੰਨੇ ਲੰਬਾ ਸਮਾਂ ਜੋ ਉੱਥੇ ਮੋਰਚਾ 13 ਮਹੀਨੇ ਚੱਲਿਆ ਤੇ 13 ਮਹੀਨਿਆਂ ਬਾਅਦ ਜਾ ਕੇ ਰੱਦ ਕੀਤੇ ਆ, ਇਹ ਪਹਿਲਾਂ ਰੱਦ ਕਰਦੇ ਸਾਨੂੰ ਉੱਥੇ ਬੈਠਣਾ ਨਾ ਪੈਂਦਾ। ਔਰ ਜਿਹੜੀ ਕੰਗਣਾ ਇਹ ਸਾਡੇ ਇਲਜ਼ਾਮ ਲਾ ਰਹੀ ਹੈ ਕਿਸਾਨਾਂ ਦੇ ਉੱਤੇ ਵੀ ਉੱਥੇ ਲੜਕੀਆਂ ਦੇ ਨਾਲ ਦੁਰਵਿਹਾਰ ਜਿਹੜਾ ਸੀ ਉਹ ਕੀਤਾ ਜਾ ਰਿਹਾ ਸੀ ਜੀ, ਇਹ ਕੰਗਣਾ ਬਾਰੇ ਮੈਂ ਇਹਨੂੰ ਪਤਾ, ਜੋ ਮੈਨੂੰ ਪਤਾ ਲੱਗਾ ਆਪਣੇ ਸੋਰਸਾਂ ਤੋਂ ਜੀ, ਵੀ ਜਿਹੜੀਆਂ ਲੜਕੀਆਂ ਤੁਹਾਨੂੰ ਪਤਾ ਹੈ ਕਿ ਮੈਂ ਫੜ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਲਿਆਂਦੀਆਂ, ਇਹ ਵੱਖਰੀ ਗੱਲ ਹੈ ਕਿ ਆਪਾਂ ਉਹਨਾਂ ਨੂੰ ਚੈਨਲਾਂ ਤੇ ਨਹੀਂ ਚਲਾਇਆ ਜੀ, ਲੇਕਿਨ ਤੁਹਾਡੇ ਸਾਹਮਣੇ ਨੇ ਲੜਕੀਆਂ ਜਿਹੜੀਆਂ ਸੀ ਇਹਨਾਂ ਨੇ, ਸਰਕਾਰ ਨੇ ਸਾਡੇ ਮੋਰਚੇ ਨੂੰ ਤਾਰ ਪੀਡੋ ਕਰਨ ਲਈ ਜਿਹੜੀਆਂ ਲੜਕੀਆਂ ਉੱਥੇ ਭੇਜੀਆਂ ਜੀ, ਤੇ ਉਹ ਲੜਕੀਆਂ ਜਦੋਂ ਉਹਨਾਂ ਦੀਆਂ ਹਰਕਤਾਂ ਵੇਖੀਆਂ ਤੇ ਅਸੀਂ ਫੜ ਕੇ ਕੁੰਡਲੀ ਥਾਣੇ SHO ਨੂੰ ਫੜਾਈਆਂ ਜੀ, ਤੇ ਉਹਨੂੰ ਇਹ ਗੱਲ ਕਹੀ ਕਿ ਇਹ ਲੜਕੀਆਂ ਕਿਸੇ ਏਜੰਸੀਆਂ ਦੇ ਬਹਿਕਾਵੇ ਵਿੱਚ ਆ ਕੇ, ਚੰਗੇ ਪਰਿਵਾਰਾਂ ਦੀਆਂ ਲੜਕੀਆਂ ਨੇ ਤੇ ਇਹ ਬਹਿਕਾਵੇ ਵਿੱਚ ਆ ਕੇ ਕਿਸ ਮਜਬੂਰੀ ਚ ਇੱਥੇ ਆਈਆਂ ਨੇ, ਪਰ ਇਹਨਾਂ ਲੜਕੀਆਂ ਨੂੰ SHO ਸਾਹਿਬ ਤੁਸੀਂ ਬਾ ਇੱਜ਼ਤ ਘਰੋਂ ਘਰੀ ਪਜਾਉਣਾ, ਅਸੀਂ ਤਾਂ ਉਹਨਾਂ ਦੀਆਂ ਇੱਜ਼ਤਾਂ ਦੀ ਰਖਵਾਲੀ ਕਰਦੇ ਰਹੇ ਹਾਂ, ਪਰ ਕੰਗਣਾ ਉਹ ਔਰਤ ਆ ਜਿਹੜੀਆਂ ਉਹਨਾਂ ਲੜਕੀਆਂ ਨੂੰ ਭੇਜਦੀ ਰਹੀ ਆ ਜੀ, ਤੇ ਇਸੇ ਬਦੌਲਤ ਹੀ ਇਹ ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਬੋਲੀ ਤੇ ਇਹਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ BJP ਨੇ ਟਿਕਟ ਦਿੱਤੀ ਤੇ ਇਹ ਪਾਰਲੀਮੈਂਟ ਮੈਂਬਰ ਬਣ ਗਈ ਜੀ। ਉਸ ਤੋਂ ਬਾਅਦ ਇਹ ਜਿਹੜਾ ਹੁਣ ਇਸ ਤਰ੍ਹਾਂ ਸਾਡੇ ਕਿਸਾਨਾਂ ਦੇ ਖਿਲਾਫ ਜਿਹੜਾ ਬੋਲ ਰਹੀ ਆ, ਇਹਨੂੰ ਇਹ ਆ ਭਈ ਮੈਨੂੰ ਕਿਤੇ ਮੰਤਰੀ ਪਦ ਦੀ ਜਿਹੜੀ ਆ ਉਹ ਕੁਰਸੀ ਮਿਲ ਰਹੀ, ਇਸ ਕਰਕੇ ਕੰਗਣਾ। ਪਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਕੰਗਣਾ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਕੰਗਣਾ, ਮੈਂ ਪੁਲਿਸ ਨੂੰ ਦਰਖਾਸਤ ਆਪਣੇ ਵੱਲੋਂ ਦੇ ਚੁੱਕਾ ਜੀ, ਥੋੜਾ ਜਿਹਾ ਵਿਹਲਾ ਹੁੰਦਾ ਹੈ ਤੇ ਮੈਂ ਇਹਨੂੰ ਕੋਰਟ ਦੇ ਰਾਹੀਂ ਇਹਨੂੰ ਘਸੀਟਾਂਗਾ, ਮੈਂ ਇਹਦੇ ਸੰਬੰਧ ਵਿੱਚ ਕੋਈ ਐਸਾ ਸ਼ਬਦ ਨਹੀਂ ਬੋਲਾਂਗਾ ਜਿਹਦੇ ਨਾਲ ਇਹ ਇੱਕ ਔਰਤ ਹੈ ਤੇ ਮੈਨੂੰ ਜਵਾਬ ਦੇਣਾ ਪਵੇ, ਮੈਂ ਲੋਕਾਂ ਨੂੰ ਜਵਾਬ ਦੇ ਹਾਂ, ਮੈਂ ਇਹਦੇ ਸੰਬੰਧ ਵਿੱਚ ਕੋਈ ਉਹੋ ਜਿਹਾ ਸ਼ਬਦ ਜਿਹੜਾ ਨਹੀਂ ਬੋਲਾਂਗਾ, ਪਰ ਇਹ ਉਹ ਔਰਤ ਆ ਜਿਹਨੇ ਉੱਥੇ ਮਾੜੀ ਨੀਅਤ ਨਾਲ ਸਾਡੇ ਮੋਰਚੇ ਨੂੰ ਬਦਨਾਮ ਕਰਨ ਲਈ ਉਹ ਲੜਕੀਆਂ ਭੇਜ ਰਹੀ, ਇਹ ਉਹ ਕੰਗਣਾ।
ਜੀ ਮਿਹਰਬਾਨੀ ਸਿਰਸਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ, ਧੰਨਵਾਦ ਜੀ, ਮਿਹਰਬਾਨੀ। ਦੱਸ ਦਈਏ ਕਿ ਕੰਗਨਾ ਰਣੌਤ ਨੇ ਪਹਿਲਾਂ ਵੀ ਪੰਜਾਬ ਬਾਰੇ, ਕਿਸਾਨਾਂ ਬਾਰੇ ਕਈ ਟਿੱਪਣੀਆਂ ਕੀਤੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਸੀ, ਤੇ ਇੱਕ ਵਾਰ ਫਿਰ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਦੌਰਾਨ, ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।